ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ ਔਰ ਮੇਰੇ ਨਾਲ ਅੱਜ ਨੇ ਸਿਮਰਨ ਸਹਿਜਪਾਲ ਜੀ ਜੋ ਜਲੰਧਰ ਤੋਂ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਨੇ ਤੇ ਪਾਰਟੀ ਦੇ ਕਾਰਜਕਰਤਾ ਨੇ ਔਰ ਵਾਈਸ ਪ੍ਰੈਜੀਡੈਂਟ ਵੂਮਨ ਚਾਰਜ ਜੋ ਵੀ ਲੇਡੀਜ਼ ਦਾ ਜੋ ਵੀ ਜਨਾਨੀਆਂ ਦਾ ਕੋਈ ਕੰਮ ਹੁੰਦਾ ਤੇ ਇਹ ਇਹਨਾਂ ਦੇ ਕਾਰਜਕਰਤਾ ਇਹ ਸਾਰਾ ਕੁਛ ਸੰਭਾਲਦੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਿਮਰਨ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਹਾਲ ਚਾਲ? ਠੀਕ ਠਾਕ ਹੋ? ਬਹੁਤ ਵਧੀਆ ਜੀ। ਅੱਛਾ ਜੀ, ਹਾਂਜੀ, ਕੱਲ ਤੁਹਾਡੀ ਇੱਕ ਵੀਡੀਓ ਦੇਖੀ ਸਿਮਰਨ ਜੀ, ਤੁਸੀਂ ਫੇਸਬੁੱਕ ਦੇ ਉੱਤੇ ਲਾਈਵ ਹੋਈ ਸੀ ਔਰ ਕਾਫੀ ਪਰੇਸ਼ਾਨ ਲੱਗ ਰਹੇ ਸੀ, ਟੈਨਸ਼ਨ ਚ ਲੱਗ ਰਹੇ ਸੀ, ਜੋ ਉਹ ਜੋ ਅਸੀਂ ਵੀ ਸੁਣਿਆ ਹੈਗਾ ਕਿ 5 ਸਾਲ ਦੀ ਇੱਕ ਬੱਚੀ ਦੇ ਨਾਲ ਸਕੂਲ ਦੇ ਵਿੱਚ ਕੁਛ ਗਲਤ ਹੋਇਆ ਤੇ ਉਹਨਾਂ ਦੇ ਰਿਲੇਟਿਡ ਤੁਸੀਂ ਲਾਈਵ ਹੋਈ ਸੀ ਤੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਦੇਖੋ ਜੀ, ਕਹਿਣ ਸੁਣਨ ਲਈ ਹੁਣ ਮੈਨੂੰ ਲੱਗਦਾ ਵੀ ਕੁਛ ਨੀ ਬਚਿਆ। ਸਿਰਫ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਇੰਨੇ ਕੁ ਸਿੱਧੇ ਲਫ਼ਜ਼ਾਂ ਚ ਮੈਂ ਕਹੂੰਗੀ ਕਿ ਪੰਜਾਬ ਦੇ ਲੋਕ ਮਹਾਂ ਬੇਵਕੂਫ ਨੇ, ਜਿਹਨਾਂ ਨੂੰ ਸਮਝ ਨੀ ਆਉਂਦੀ ਕਿ ਸਾਡੇ ਬੱਚੇ, ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹਾਂ। 5 ਸਾਲ ਦੀ ਕੁੜੀ, ਤੁਸੀਂ ਖੁਦ ਸੋਚ ਸਕਦੇ ਹੋ ਕਿ 5 ਸਾਲ ਦੇ ਬੱਚੇ ਦੇ ਨਾਲ ਰੇਪ ਹੋ ਜਾਣਾ, ਔਰ ਰੋਜ਼ ਪਹਿਲਾਂ ਲੁਧਿਆਣੇ ਦੇ ਵਿੱਚ 9 ਸਾਲ ਦੀ ਬੱਚੀ ਦੇ ਨਾਲ ਹੋਇਆ, ਪਹਿਲਾਂ ਇੱਕ ਮੰਦਿਰ ਦੇ ਵਿੱਚ ਇੱਕ ਬੱਚੇ ਦੇ ਨਾਲ ਇੱਕ ਕੁੜੀ ਦੇ ਨਾਲ ਰੇਪ ਹੋਇਆ। ਤੁਸੀਂ ਸੋਚ ਸਕਦੇ ਹੋ ਕਿ ਰੋਜ਼ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਜਾਂ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ, ਪਰ ਪੰਜਾਬ ਦੀ ਜਨਤਾ ਜਿਹੜੀ ਹੈ ਸ਼ਾਇਦ ਉਹਨਾਂ ਨੂੰ ਇਹ ਚੀਜ਼ਾਂ ਧਰਨਿਆਂ ਦੇ ਵਿੱਚ ਬਹਿਣਾ ਪਸੰਦ ਹੈ ਜਾਂ ਉਹਨਾਂ ਨੂੰ ਮੂਹਰੇ ਹੋ ਕੇ ਆਪਣੀਆਂ ਫੋਟੋਆਂ ਖਿਚਾਉਣੀਆਂ ਜਾਂ ਮੀਡੀਆ ਦੇ ਵਿੱਚ ਆਉਣਾ ਬਹੁਤ ਪਸੰਦ ਹੈ, ਪਰ ਉਹਨਾਂ ਨੂੰ ਜਿਹੜਾ ਲੋਕਾਂ ਦਾ ਦਰਦ ਹੈ ਸ਼ਾਇਦ ਉਹ ਕਿਸੇ ਹੱਦ ਤੱਕ ਸਮਝ ਨਹੀਂ ਆ ਸਕਦਾ ਕਿ ਉਹ ਇੱਕ ਧੀ ਜਿਹੜੀ ਕਿਸੇ ਦੀ ਧੀਆਂ ਹੁੰਦੀਆਂ ਨੇ, ਅਸੀਂ ਧੀਆਂ ਭੈਣਾਂ ਦੀ ਇੱਜ਼ਤਾਂ ਪਿੱਛੇ ਲੜਦੇ ਹਾਂ। ਬਿਲਕੁਲ, ਹਾਂਜੀ ਬਿਲਕੁਲ, ਮੈਂ ਕਹਿੰਦੀ ਆ ਵੀ ਪੰਜਾਬ ਇੱਕ ਰੰਗਲਾ ਪੰਜਾਬ, ਅਣਖੀ ਪੰਜਾਬ ਜਿਹੜਾ ਸੀਗਾ ਉਹ ਅੱਜ ਅਗਰ ਦੇਖਿਆ ਜਾਵੇ ਤਾਂ ਖਤਮ ਹੋ ਚੁੱਕਾ ਪੂਰੀ ਤਰ੍ਹਾਂ, ਕਿਉਂਕਿ ਪੰਜਾਬ ਵਾਲਿਆਂ ਦੀ ਅਣਖ ਜਿਹੜੀ ਆ ਉਹ ਖਤਮ ਹੋ ਚੁੱਕੀ ਆ, ਉਹ ਗੁਲਾਮ ਹੋ ਚੁੱਕੇ ਆ ਅਹੁਦੇਦਾਰਾਂ ਦੇ, ਤਾਂ ਉਹ ਆਪਣੇ ਆਪ ਨੂੰ ਨਹੀਂ ਸੋਚਦੇ ਕਿ ਸਾਡਾ ਕੀ ਨੁਕਸਾਨ ਹੋ ਰਿਹਾ, ਉਹਨਾਂ ਦੇ ਗੁਲਾਮ ਬਣ ਕੇ ਸਾਡਾ ਕੀ ਨੁਕਸਾਨ ਹੋ ਰਿਹਾ। ਸਾਡੇ ਅਗਰ ਮੁੰਡੇ ਦੇਖੇ ਜਾਣ ਤਾਂ ਉਹ ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਤੁਸੀਂ ਰੋਜ਼ ਸੁਣਦੇ ਹੋਵੋਗੇ, ਚਿੱਟੇ ਵਾਲੇ ਜਾ ਰਹੇ ਨੇ ਪੰਜਾਬ ਦੇ ਵਿੱਚ, ਚਿੱਟਾ ਬੇਹੱਦ ਵੱਧ ਚੁੱਕਾ, ਤੇ ਜਿਹੜੀਆਂ ਕੁੜੀਆਂ ਨੇ, ਧੀਆਂ ਭੈਣਾਂ ਨੇ, ਅਸੀਂ ਵੱਡੀਆਂ ਨੂੰ ਕੀ ਕਹਿਣਾ ਆ, ਆ 5-5 ਸਾਲ ਦੀਆਂ ਕੁੜੀਆਂ ਦੇ ਨਾਲ ਰੇਪ ਹੋ ਰਿਹਾ, ਉਹ ਸੋਚੋ ਕਿ ਉਹ ਮਾਂ ਪਿਓ ਤੇ ਕੀ ਬੀਤੀ ਹੋਊਗੀ। ਲੋਕੀ ਮੈਨੂੰ, ਕੱਲ ਮੈਂ ਕਿਸੇ ਨਾਲ ਗੱਲ ਕੀਤੀ ਤਾਂ ਮੈਨੂੰ ਕਹਿੰਦੇ ਜੀ ਅਬਨੋਰਮਲ ਹੋਊਗਾ ਬੰਦਾ, ਹੈ ਨਾ, ਅਬਨੋਰਮਲ ਹੁੰਦਾ ਤਾਂ ਉਹ ਸ਼ਰੇਆਮ ਬਾਹਰ ਕਰਦਾ, ਉਹ ਵਾਸ਼ਰੂਮ ਚ ਨਾ ਲੈ ਕੇ ਜਾਂਦਾ ਕੁੜੀ ਨੂੰ, ਜੇ ਉਹ ਅਬਨੋਰਮਲ ਹੁੰਦਾ ਤਾਂ। ਤੇ ਸ਼ਾਇਦ ਹੀ ਪੰਜਾਬੀਆਂ ਨੂੰ, ਸਾਡਿਆਂ ਨੂੰ ਸਮਝ ਨਹੀਂ ਆਉਂਦੀ, ਉਹ ਹਰੇਕ ਦਾ ਇੱਕ ਤੱਥ ਕੱਢ ਲੈਂਦੇ ਆ ਵੀ ਹਾਂਜੀ ਉਹਨਾਂ ਕੋਲ ਇਹ ਗੱਲ ਦਾ ਇੱਕ ਬਣਾ ਲਿਆ ਉਹਨਾਂ ਨੇ ਕਿ ਹਾਂਜੀ ਉਹ ਨੋਰਮਲ ਹੋ ਸਕਦਾ, ਹੈ ਨਾ, ਜੇ ਉਹ ਨੋਰਮਲ ਸੀਗਾ ਤਾਂ ਬਾਹਰ ਕਰਦਾ ਜੋ ਵੀ ਕਰਨਾ ਸੀ ਉਹਨੇ। ਬਿਲਕੁਲ, ਮੈਨੂੰ ਲੱਗਦਾ ਕਿ ਇੱਕ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਚੀਜ਼ ਬਣਾਈ ਹੋਈ ਹੈ, ਜੇ ਕੋਈ ਬੰਦਾ ਫਸ ਜਾਂਦਾ ਉਹਨੂੰ ਕਿੱਦਾਂ ਕੱਢਿਆ ਜਾਵੇ ਬਾਹਰ, ਇੱਕ ਬਣਾ ਕੇ ਉਹ ਨੋਰਮਲ ਬੰਦਾ ਹੈਗਾ ਕਿ ਉਹ ਮੈਂਟਲੀ ਅਪਸੈਟ ਹੈ ਜਾਂ ਕੋਈ ਉਹਨੂੰ ਪ੍ਰੋਬਲਮ ਹੈ, ਇੱਕ ਮੈਨੂੰ ਨੀ ਲੱਗਦਾ ਕਿ ਸਾਰਾ ਕੁਛ ਆਪ ਹੀ ਸਾਰਾ ਕੁਛ ਏਦਾਂ ਦਾ ਉਹਨੂੰ ਬਚਾਉਣ ਵਾਸਤੇ ਕੀ ਕਰਦੇ ਨੇ ਸਾਰੇ ਸਕੂਲ ਦੀ ਰੈਪੋਟੇਸ਼ਨ, ਉਹ ਸਕੂਲ ਦੇ ਵਿੱਚ ਕਿਉਂਕਿ ਕਰ ਰਿਹਾ ਸੀ ਜੇ ਨੋਰਮਲ ਨਹੀਂ ਹੈਗਾ ਸੀ ਬੰਦਾ ਉਹ ਪਹਿਲੀ ਕਰਦੇ। ਹਾਂ ਬਿਲਕੁਲ, ਇਹ ਕੁਐਸਚਨ ਉਹੀ ਤਾਂ ਗੱਲ ਹੈ ਨਾ ਕਿ ਉਸ ਕੁਐਸਚਨ ਨੂੰ ਪੁੱਟ ਕਰਨ ਲੱਗੇ ਲੋਕੀ ਸੋਚਦੇ ਨਹੀਂ ਹੋਗੇ ਕਿ ਅਸੀਂ ਕੀ ਗੱਲ ਕਹਿਣ ਲੱਗੇ। ਹੁਣ ਗੱਲ ਕਰੀਏ ਜਸਪਾਲ ਦੀ, ਤਾਂ ਜਸਪਾਲ ਦੇ ਕੇਸ ਦੇ ਵਿੱਚ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ, ਮੈਂ ਤੁਹਾਨੂੰ ਦੱਸਦੀ ਹਾਂ, ਤਾਂ ਉਹ ਵੀਡੀਓ ਦੇ ਵਿੱਚ ਉਹਨੂੰ ਦਿਖਾਇਆ ਕਿ ਉਹ ਬਹੁਤ ਗਲਤ ਇਨਸਾਨ ਹੈ, ਕੁੜੀਆਂ ਦੇ ਨਾਲ ਉਹਦਾ ਰਿਲੇਸ਼ਨ ਸੀਗੇ ਜਾਂ ਕੁੜੀਆਂ ਦਾ ਵਪਾਰ ਕਰਦਾ ਸੀ। ਮੈਂ ਕਹਿੰਦੀ ਹਾਂ ਲੱਖ ਮਾੜਾ ਸੀ, ਠੀਕ ਹੈ, ਹੁਣ ਉਹ ਇਨਸਾਨ ਮਰ ਗਿਆ, ਹਨਾ, ਮਰ ਜਦੋਂ ਗਿਆ ਉਹ ਪੁਲਿਸ ਕਸਟਡੀ ਦੇ ਵਿੱਚ ਮਰਿਆ, ਸਟਿਲ ਪੁਆਇੰਟ ਇਜ਼ ਕਿ ਪੁਲਿਸ ਨੇ ਲਾਸ਼ ਕਿਉਂ ਗਾਇਬ ਕੀਤੀ? ਐਗਜ਼ੈਕਟਲੀ, ਬਿਲਕੁਲ। ਦੂਜਾ ਪੁਲਿਸ ਵਾਲਾ ਵਰਿੰਦਰ, ਜਿਹੜਾ ਜਿਹਦੇ ਬਾਰੇ ਮੈਂ ਸੰਗਰੂਰ ਉਸ ਦਿਨ ਫਰੀਦਕੋਟ ਗਈ ਹਾਂ, ਫਰੀਦਕੋਟ ਦੇ ਵਿੱਚ ਲੋਕਾਂ ਦਾ ਕਹਿਣਾ ਸੀ ਕਿ ਜਿਹੜਾ ਉਹ ਪੁਲਿਸ ਵਾਲਾ ਸੀ ਨਰਿੰਦਰ, ਉਹ ਬੇਹੱਦ ਹੀ ਚੰਗਾ ਇਨਸਾਨ ਸੀਗਾ, ਫਿਰ ਉਹਨੇ ਆਪਣੇ ਆਪ ਨੂੰ ਗੋਲੀ ਕਿਉਂ ਮਾਰੀ? ਆਮ ਲੋਕਾਂ ਦੇ ਵਿੱਚ ਜਦੋਂ ਇਹ ਗੱਲਾਂ ਹੈਗੀਆਂ ਨੇ ਵੀ ਪੁਲਿਸ ਉਹ ਨਰਿੰਦਰ ਆਪਣੇ ਆਪ ਨੂੰ ਗੋਲੀ ਨਹੀਂ ਮਾਰ ਸਕਦਾ, ਇਟ ਮੀਨਸ ਕਿ ਉਹਦਾ ਕਤਲ ਕੀਤਾ ਗਿਆ, ਨਾਲ ਉਹਦਾ ਵੀ ਕਤਲ ਕਰਤਾ। ਇਹ ਸਾਰੀਆਂ ਗੱਲਾਂ ਕੀ ਇੱਕ ਜਦੋਂ ਇਸ ਟਾਈਮ ਇਲੈਕਸ਼ਨ ਚੱਲ ਰਹੀ ਸੀ, ਇਸ ਟਾਈਮ ਜੋ ਹੋ ਰਹੀਆਂ ਸੀ ਕਿ ਇਹਨੂੰ ਕਿਸੇ ਨੇ ਬਚਾਉਣ ਵਾਸਤੇ ਕੋਈ ਪਾਰਟੀ ਅੱਗੇ ਆਈ ਜਾਂ ਕਿੱਦਾਂ ਕੁਛ ਅੱਗੇ ਕੋਈ ਮੁੱਦਾ ਉਠਾਇਆ? ਨਾ ਜੀ, 9 ਦਿਨ ਹੋ ਗਏ ਨੇ ਵਰਿੰਦਰ ਜੀ, 9 ਦਿਨ ਹੋ ਗਏ ਨੇ, ਹਜੇ ਤੱਕ ਕਿੱਕੀ ਢਿੱਲੋਂ ਉੱਥੇ ਦਾ ਜਿਹੜਾ MLA ਹੈ ਉਸ ਬੰਦੇ ਨੇ ਇੱਕ ਵਾਰੀ ਵੀ ਆ ਕੇ ਪਰਿਵਾਰ ਨੂੰ ਉਹਨਾਂ ਦਾ ਹਾਲ ਨੀ ਪੁੱਛਿਆ ਕਿ ਤੁਹਾਡਾ ਪੁੱਤ ਮਰ ਗਿਆ, 23 ਸਾਲਾਂ ਦਾ ਤੁਹਾਡਾ ਪੁੱਤ ਮਰ ਗਿਆ,
ਕਿਵੇਂ ਮਰਿਆ, ਕੀ ਹੋਇਆ, ਕੀ ਕਹਾਣੀ ਆ, ਓਹਦਾ ਕੋਈ ਬਿਆਨ ਨੀ ਆਇਆ ਹਜੇ ਤੱਕ। ਤਾਂ ਉਸ ਤੋਂ ਬਾਅਦ ਓਹਦਾ ਨਾਨਾ ਜੀ, ਜਿਹੜੇ ਜਸਪਾਲ ਦੇ ਨਾਨਾ ਜੀ ਨੇ, ਜਸਪਾਲ ਦੇ ਨਾਨਾ ਜੀ ਨੇ ਇਹ ਗੱਲ ਕਹੀ ਕਿ ਜੇ ਟਿੱਕੀ ਢਿੱਲੋਂ ਮੇਰੇ ਸਾਹਮਣੇ ਆਉਂਦਾ ਤਾਂ ਮੈਂ ਆਪਣੇ ਅੱਖਾਂ ਚ ਦਵਾਈ ਪਾ ਕੇ ਅੰਨਾ ਹੋਣਾ ਚਾਹੁੰਦਾ, ਮੈਂ ਉਸ ਇਨਸਾਨ ਨੂੰ ਦੇਖਣਾ ਨੀ ਚਾਹੁੰਦਾ। ਤੁਸੀਂ ਸੋਚੋ ਕਿ ਉਸ ਪਰਿਵਾਰ ਦੇ ਅੰਦਰ ਕਿੰਨੀ ਨਫ਼ਰਤ ਆ। ਬਿਲਕੁਲ, ਕਿਉਂਕਿ ਉਹ ਨਾਨਾ ਜਿਹੜਾ ਉੱਥੇ ਬੈਠਾ ਆ, ਉਹ ਜਿਹੜਾ ਜਸਪਾਲ ਸੀਗਾ, ਉਹ ਆਪਣੇ ਨਾਨਕੇ ਘਰੇ ਆਇਆ ਹੋਇਆ ਸੀਗਾ। ਤਾਂ ਉਹ ਕਹਿੰਦਾ ਮੈਂ ਆਪਣੀ ਧੀ ਨੂੰ ਜਵਾਬ ਕੀ ਦੇਵਾਂ ਵੀ ਤੇਰਾ ਪੁੱਤ ਮੇਰੇ ਘਰੇ ਆਇਆ ਸੀ, ਮੈਂ ਤੈਨੂੰ ਮੋੜ ਵੀ ਨਾ ਸਕਿਆ। ਬਿਲਕੁਲ, ਇੱਕ ਪਰਿਵਾਰ ਦਾ ਦਰਦ, ਇਹ ਜਿਹੜੇ ਰਾਜਨੀਤੀ ਹੈ, ਇਹ ਪਰਿਵਾਰਾਂ ਦੇ ਦਰਦ ਨੂੰ ਨਹੀਂ ਸਮਝ ਸਕਦੀਆਂ, ਇਹ ਸਿਰਫ ਰਾਜਨੀਤੀ ਕਰ ਸਕਦੀਆਂ, ਇਹ ਦਰਦ ਨੂੰ ਨਹੀਂ ਮਹਿਸੂਸ ਕਰ ਸਕਦੀਆਂ। ਬਿਲਕੁਲ, ਤੇ ਜਿੱਥੇ ਕੋਈ ਅਪਡੇਟ ਕੋਈ ਆਈ, ਐਫ ਆਈ ਆਰ ਹੋਈ ਕੁੜੀ ਦੇ, ਜੋ 5 ਸਾਲ ਦੀ ਕੁੜੀ ਸੀ ਜਿਹਦੇ ਨਾਲ ਰੇਪ ਹੋਇਆ, ਉਹਦੇ ਬਾਰੇ ਕੁਛ ਸਕੂਲ ਤੇ ਕੋਈ ਕਾਰਵਾਈ ਹੋ ਰਹੀ ਹੈ? ਇੱਕ ਬੰਦਾ ਫੜਿਆ ਹੈ ਜੀ, ਇੱਕ ਬੰਦਾ ਫੜਿਆ ਹੈ। ਹੁਣ ਅੱਜ ਮੈਂ ਦੇਖ ਰਹੀ ਸੀ ਸਵੇਰੇ ਕਿ MLA ਦੇ ਘਰ ਦੇ ਅੱਗੇ ਉਹ ਮਾਂ ਜਿਹੜੀ ਆ ਉਹ ਦਰਵਾਜ਼ੇ ਤੇ ਖੜੀ ਹੈ, ਪਰ ਉਹਨੂੰ ਅੰਦਰ ਨੀ ਵੜਨ ਦਿੱਤਾ ਜਾ ਰਿਹਾ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰਾਂ ਜਿਨ੍ਹਾਂ ਦੇ ਕੋਲ ਅਸੀਂ ਗੁਹਾਰ ਲੈ ਕੇ ਜਾਂਦੇ ਹਾਂ, ਠੀਕ ਹੈ, ਉਹ ਸਾਡੇ ਲਈ ਕਿੰਨਾ ਕੁ ਖੜੀਆਂ ਨੇ। ਚਾਹੇ ਉਹ ਕਿਸੇ ਵੀ, ਤੁਸੀਂ ਕਿਸੇ ਵੀ ਉਹਦੇ ਚ ਦੇਖ ਲਿਆ ਕਰੋ। ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਆ ਵੀ ਬਠਿੰਡੇ ਦਾ ਮੇਰਾ ਇੱਕ ਵੀਡੀਓ ਵਾਇਰਲ ਹੋਇਆ ਸੀ, ਚਲੋ ਮੈਂ ਰਾਜਨੀਤੀ ਚ ਤਾਂ ਮੈਂ ਹੁਣ ਆਈ ਹਾਂ, ਬਿਲਕੁਲ ਇਸ ਤੋਂ ਪਹਿਲਾਂ ਤਾਂ ਮੈਂ ਰਾਜਨੀਤੀ ਦੇ ਵਿੱਚ ਨਹੀਂ ਜਿਹੜੇ ਬਠਿੰਡਾ ਦਾ ਕਾਂਡ ਹੋਇਆ ਸੀ। ਮੈਂ ਇੱਕ ਸਰੋਤਿਆਂ ਨੂੰ ਗੱਲ ਦੱਸਾਂ, ਤੁਸੀਂ ਰਾਜਨੀਤੀ ਤੋਂ ਬਿਲਕੁਲ ਹੋਣੇ ਆਏ, ਲੇਕਿਨ ਤੁਸੀਂ ਹੱਕ ਸੱਚ ਵਾਸਤੇ ਕੋਈ ਵੀ ਗੱਲਬਾਤ ਹੁੰਦੀ ਹੈ ਤੁਸੀਂ ਹਮੇਸ਼ਾ ਖੜਦੇ ਹੋ, ਔਰ ਤੁਸੀਂ ਲਾਈਵ ਹੋ ਕੇ ਫੇਸਬੁੱਕ ਤੇ ਅਸੀਂ ਦੇਖਦੇ ਰਹਿੰਦੇ ਹੁੰਦੇ ਹਾਂ ਕਿ ਜਿੱਦਾਂ ਤੁਸੀਂ ਕੋਈ ਇੱਕ ਲੁਧਿਆਣੇ ਦੇ ਵਿੱਚ ਜੋ ਕੁੜੀ ਸਟੇਜ ਤੇ ਨੱਚਦੀ ਵੀ ਸੀ ਉਹਨੂੰ ਵੀ ਗੋਲੀ ਮਾਰੀ ਸੀ, ਔਰ ਤੁਸੀਂ ਉਹਦੇ ਬਾਰੇ ਵੀ ਤੁਸੀਂ ਖੜੇ ਸੀ ਹੱਕ ਦੇ ਵਿੱਚ, ਉਹ ਹਮੇਸ਼ਾ ਤੁਸੀਂ ਖੜਦੇ ਰਹਿੰਦੇ ਹੋ ਜੇ ਕੋਈ ਵੀ ਗੱਲਬਾਤ ਹੁੰਦੀ ਹੈ। ਦੇਖੋ ਜੀ, ਖੜਨਾ ਚਾਹੀਦਾ ਵੀ ਹੈ। ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਸਿਮਰਨ ਕਿਉਂ, ਕੁਛ ਨੀ, ਮੈਂ ਜ਼ਿਆਦਾਤਰ ਤੁਹਾਨੂੰ ਦੱਸ ਰਿਹਾ ਵੀ ਹਜ਼ਾਰਾਂ ਲੋਕਾਂ ਦਾ ਮੈਨੂੰ ਅਗਰ ਮੈਨੂੰ ਇੱਕ ਗੱਲ ਸੁਣਨ ਚ ਮਿਲਦੀ ਆ ਵੀ ਸਿਮਰਨ ਜੀ ਕੁਛ ਨੀ ਹੋ ਸਕਦਾ। ਤੁਸੀਂ ਇਹ ਦੇਖੋ ਕਿ ਅਗਰ ਇਹ ਕੁਛ ਨੀ ਹੋ ਸਕਦਾ ਲਫ਼ਜ਼ ਜਿਹੜਾ ਹੈਗਾ ਆ, ਹਰ ਬੰਦਾ ਇਹੀ ਸੋਚੂਗਾ ਤਾਂ ਸੱਚਿਓ ਕੁਛ ਨੀ ਹੋ ਸਕਦਾ। ਪਰ ਮੈਂ ਇਹ ਕਹਿੰਦੀ ਹਾਂ ਕਿ ਬਹੁਤ ਕੁਛ ਹੋ ਸਕਦਾ ਆ। ਮੇਰਾ ਮੰਨਣਾ ਇਹ ਹੈ ਕਿ ਅਗਰ ਇੱਕ ਇੱਕ ਇਨਸਾਨ ਜੁੜ ਕੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਜੇ ਕਰਨਾ ਚਾਹੀਏ ਤਾਂ। ਜੀ ਬਿਲਕੁਲ, ਮੇਰੀ ਉਦੋਂ ਵੀ ਇਹੀ ਗੱਲ ਸੀਗੀ ਕਿ ਅਗਰ ਆਪਾਂ ਇਨਸਾਫ ਮੰਗਣਾ, ਅਸੀਂ ਸਿਰਫ ਰੌਲਾ ਪਾ ਕੇ ਧਰਨਿਆਂ ਤੇ ਬਹਿ ਕੇ, ਕੱਲ ਮੈਂ ਉੱਥੇ ਦੇਖਿਆ ਜੀ ਲੱਖਾ ਸਿਧਾਣਾ ਜੀ ਵੀ ਉੱਥੇ ਬੈਠੇ ਨੇ, ਹੋਰ ਵੀ ਪਾਰਟੀ ਦੀਆਂ ਪਾਰਟੀ ਦੇ ਨੁਮਾਇੰਦੇ ਆਉਂਦੇ ਨੇ ਜਾਂ ਹੋਰ ਵੀ ਬਹੁਤ ਸਾਰੇ ਲੋਕ ਆਉਂਦੇ ਨੇ। ਮੈਂ ਕੱਲ ਵੀ ਇਹ ਲਾਈਨ ਦੇ ਵਿੱਚ ਕਿਹਾ ਸੀ ਕਿ ਮੈਂ ਕੋਈ ਚਾਰ ਮੀਡੀਆ ਵਾਲੇ ਨਹੀਂ ਸੀ ਲੈ ਕੇ ਗਈ, ਮੈਂ ਕੋਈ ਐਜ਼ ਏ ਸੈਲੀਬ੍ਰਿਟੀ ਕੋਈ ਚਾਰ ਬਾਊਂਸਰ ਨਹੀਂ ਸੀ ਨਾਲ ਲੈ ਕੇ ਗਈ, ਮੈਂ ਸਿਰਫ ਤੇ ਸਿਰਫ ਇੱਕ ਆਮ ਇਨਸਾਨ ਬਣ ਕੇ ਉਹਨਾਂ ਦੇ ਪਰਿਵਾਰ ਚ ਬੈਠੀ ਸੀਗੀ। ਇਸੇ ਕਰਕੇ ਸ਼ਾਇਦ ਉਹਨਾਂ ਨੇ ਮੈਨੂੰ ਆਉਣ ਲੱਗੇ ਇੱਕ ਗੱਲ ਕਹੀ ਕਿ ਧੀਏ ਤੂੰ ਸਾਡੀ ਵਿਛੜੀ ਹੋਈ ਧੀ ਕਿਤੇ ਆ ਕੇ ਬੈਠੀ ਆ ਤੂੰ ਸਾਡੇ ਨਾਲ। ਇਹਨਾਂ ਨੇ ਇਹ ਨਹੀਂ ਕਿਹਾ ਕਿ ਕੋਈ ਪਾਰਟੀ ਦੀ ਨੇਤਾ ਆਈ ਆ, ਕੋਈ ਸੋਸ਼ਲ ਵਰਕਰ ਆਈ ਆ, ਕੁਛ ਨੀ ਸੀ ਉਹਨਾਂ ਦੇ ਦਿਲ ਦੇ ਵਿੱਚ ਨਾ ਮੇਰੇ ਦਿਲ ਦੇ ਵਿੱਚ ਸੀਗਾ। ਸੋ ਲੋਕਾਂ ਨੇ ਮੈਨੂੰ ਕਿਹਾ ਕਿ ਧੁੱਪੇ ਜਾ ਕੇ ਬਹਿਣਾ, ਧੁੱਪੇ ਜਾ ਕੇ ਤੁਸੀਂ 10 ਦਿਨ ਉੱਥੇ ਬੈਠੇ ਰਹੋਗੇ, ਤੁਸੀਂ ਕੋਈ ਹੱਲ ਕੱਢ ਲਓਗੇ? ਮਜ਼ਾ ਤਾਂ ਆਉਂਦਾ ਜੇ ਤੁਸੀਂ ਮੈਨੂੰ ਹੱਲ ਕੱਢ ਕੇ ਦਿਖਾਓ। ਜੀ ਬਿਲਕੁਲ, ਮੈਨੂੰ ਕਈਆਂ ਨੇ ਕਮੈਂਟ ਕੀਤੇ ਜੀ ਤੁਸੀਂ ਸੈਲਫੀ ਖਿੱਚ ਕੇ ਪਾ ਲਈ, ਤੁਸੀਂ ਲਾਈਵ ਮੇਰਾ ਸੁਣਿਆ ਹੋਣਾ ਵੀ ਮੈਂ ਸੈਲਫੀ ਕਿਸ ਮਾਹੌਲ ਦੇ ਵਿੱਚ ਖਿੱਚੀ, ਕਿਸ ਉਹਦੇ ਹਾਲਾਤਾਂ ਦੇ ਵਿੱਚ ਖਿੱਚੀ, ਕਿਉਂਕਿ ਮੇਰੇ ਨਾਲ ਕਿਹੜਾ ਫੋਟੋਗ੍ਰਾਫਰ ਸੀਗੇ। ਮੈਂ ਰੋਂਦੀ ਰੋਂਦੀ ਨੇ ਉਸ ਪਿਓ ਨੇ ਮੈਨੂੰ ਕਿਹਾ ਕਿ ਧੀਏ ਤੂੰ ਇੱਕ ਫੋਟੋ ਤਾਂ ਖਿੱਚ ਲਾ ਮੇਰੇ ਨਾਲ, ਹਨਾ। ਉਸ ਇਨਸਾਨ ਨੇ ਮੈਨੂੰ 500 ਰੁਪਇਆ ਕਰ ਕੇ ਸ਼ਗਨ ਫੜਾਇਆ, ਕਿਉਂਕਿ ਉੱਥੇ ਇਮੋਸ਼ਨਸ ਜੋੜ ਗਏ ਸੀ ਸਾਡੇ। ਉਹ ਨਾਨਾ ਜੀ ਸੀਗੇ ਜਿਨ੍ਹਾਂ ਨੇ ਰੋ ਰੋ ਕੇ ਵੀਡੀਓ ਤੁਸੀਂ ਸਾਰਿਆਂ ਨੇ ਦੇਖੀਆਂ ਹੋਣੀਆਂ ਕਿ ਉਹਨਾਂ ਨੇ ਕਿਹਾ ਸੀ ਆਪਣੇ ਬੱਚੇ ਬਚਾ ਲਓ ਓਏ, ਆਪਣੇ ਬੱਚੇ ਬਚਾ ਲਓ ਓਏ। ਤਾਂ ਸੀਰੀਅਸਲੀ ਮੈਂ ਵੀ ਅੱਜ ਇਹੀ ਕਹਿੰਦੀ ਹਾਂ ਪੰਜਾਬ ਵਾਲਿਆਂ ਨੂੰ ਕਿ ਆਪਣੇ ਬੱਚੇ ਬਚਾ ਲਓ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ। ਨਹੀਂ ਤਾਂ ਇੱਕ ਗੱਲ ਕਰਦਾ ਕਿ ਪਹਿਲਾਂ ਅਸੀਂ ਕਹਿੰਦੇ ਸੀ ਕਿ ਜੋ ਨਸ਼ੇ ਜੋ ਅਸੀਂ ਅਕਾਲੀ ਦਲ ਦੇ ਟਾਈਮ ਦੇ ਵਿੱਚ ਨਸ਼ੇ, ਹੁਣ ਇਸ ਟਾਈਮ ਤੇ ਕਾਂਗਰਸ ਦੀ ਸਰਕਾਰ ਹੈ ਤੇ ਨਸ਼ੇ ਕਿਉਂ ਨਹੀਂ ਕੰਟਰੋਲ ਹੋ ਰਿਹਾ ਇਸ ਟਾਈਮ? ਨਸ਼ੇ ਕਿੱਥੋਂ ਕੰਟਰੋਲ ਹੋ ਜਾਣਗੇ ਜੀ? DGP ਦਾ ਖੁਦ ਦਾ ਬਿਆਨ ਹੈ ਕਿ 125 ਥਾਣਿਆਂ ਦੇ ਵਿੱਚ ਚਿੱਟਾ ਵਿਕ ਰਿਹਾ। ਤੁਸੀਂ ਅਗਰ ਯੂਟਿਊਬ ਤੇ ਦੇਖੋਗੇ ਤਾਂ DGP ਦਾ ਬਿਆਨ ਤੁਸੀਂ ਸੁਣ ਸਕਦੇ ਹੋ। 125 ਥਾਣਿਆਂ ਦੇ ਵਿੱਚ ਜੇ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ 125 ਥਾਣਿਆਂ ਦੇ ਵਿੱਚ ਚਿੱਟਾ ਵਿਕ ਰਿਹਾ, ਤਾਂ ਤੁਸੀਂ ਕਿੱਥੋਂ ਕੰਟਰੋਲ ਭਾਲਦੇ ਹੋ? ਕੰਟਰੋਲ ਕਿਹਨਾਂ ਨੇ ਕਰਨਾ? ਪੁਲਿਸ ਦੇ ਮਤਲਬ ਕਿ ਜਿਹੜੀ ਲੋਡ ਉਹ ਮੰਨ ਨਹੀਂ ਰਹੀ ਹੈ, ਕੀ ਚੱਕਰ ਕੀ ਗੱਲ ਕੀ ਇਹਨਾਂ ਦਾ? ਨਹੀਂ, ਜਦੋਂ ਉੱਪਰੋਂ ਪ੍ਰੈਸ਼ਰਾਈਜ਼ ਆ, ਪੁਲਿਸ ਉੱਪਰੋਂ ਪ੍ਰੈਸ਼ਰਾਈਜ਼ ਆ, MLA ਦੇ ਥਰੂ, ਸਰਕਾਰਾਂ ਦੇ ਥਰੂ ਪ੍ਰੈਸ਼ਰਾਈਜ਼ ਆ, ਉਹ ਕੀ ਕਰਨ? ਖੁਦ SSP DGP ਖੁਦ ਮੈਂ ਇਹ ਗੱਲਾਂ ਕਹਿ ਰਹੇ ਨੇ ਕਿ ਬਈ ਅਸੀਂ ਕੁਛ ਨਹੀਂ ਕਰ ਸਕਦੇ, ਸਾਡੇ ਹੱਥ ਬੰਨੇ ਹੋਏ ਆ। ਪਰ ਜੇ ਉਹ ਹੱਥ ਛੁਡਾਉਣਾ ਚਾਹੁਣ ਤਾਂ ਉਹ ਬਹੁਤ ਕੁਛ ਚੜਾ ਸਕਦੇ ਆ। ਜਿਸ ਦਿਨ ਉਹ ਸੌਂਹ ਖਾਂਦੇ ਆ ਨਾ ਪੁਲਿਸ ਦੀ ਵਰਦੀ ਪਾ ਕੇ ਕਿ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਸ਼ਾਇਦ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਆ। ਉਸ ਦਿਨ ਉਹਨਾਂ ਨੂੰ ਸਿਰਫ ਇੱਕੋ ਇੱਕ ਗੱਲ ਹੁਣ ਯਾਦ ਆ, ਪੈਸਾ। ਤੇ ਅਸੀਂ, ਮੈਂ ਤੁਹਾਨੂੰ ਪਰਸਨਲੀ ਇੱਕ ਗੱਲ ਕਹਿ ਕੇ ਹਟੀ ਕਿ ਗੁਲਾਮ ਬਣੇ ਹੋਏ ਆ ਅਸੀਂ ਸਾਰੇ, ਆਪਣੇ ਜ਼ਮੀਰ ਮਾਰ ਕੇ ਲੋਕਾਂ ਦੇ, ਅਸੀਂ ਹੋਰਾਂ ਦੇ ਗੁਲਾਮ ਬਣੇ ਹੋਏ ਆ ਜੀ। ਸੋ ਮੈਨੂੰ ਨੀ ਲੱਗਦਾ ਕਿ ਭਗਤ ਸਿੰਘ ਵਿਚਾਰੇ
ਮੇਰਾ ਅਗਲਾ ਸਟੈਪ ਇਹੀ ਹੈ ਜੀ ਕਿ ਮੈਂ ਚਾਹੁੰਦੀ ਹਾਂ ਕਿ ਜਿੰਨੀਆਂ ਵੀ ਸਾਡੀਆਂ ਔਰਤਾਂ ਨੇ ਜਿਹੜੀਆਂ ਕਿ ਮੈਂ ਕਈ ਵਾਰੀ ਇਹ ਵੀ ਗੱਲ ਕਹਿੰਦੀ ਹੁੰਦੀ ਹਾਂ ਕਿ ਸਾਡੀਆਂ ਔਰਤਾਂ ਜਿਹੜੀਆਂ ਔਰਤਾਂ ਆਪਣੇ ਆਪ ਦੀਆਂ ਦੁਸ਼ਮਣ ਆਪ ਹੀ ਨੇ ਸੋ ਮੇਰੀ ਕੋਸ਼ਿਸ਼ ਇਹੀ ਰਹੂਗੀ ਕਿ ਮੈਂ ਉਹਨਾਂ ਔਰਤਾਂ ਨੂੰ ਸਮਝਾ ਸਕਾਂ ਔਰ ਇਕੱਠੀਆਂ ਕਰ ਸਕਾਂ ਜਿਵੇਂ ਕਿ ਹੁਣ ਰੈਲੀਆਂ ਦੇ ਵਿੱਚ ਜਾਂਦੇ ਨੇ ਧਰਨਿਆਂ ਦੇ ਵਿੱਚ ਜਾਂਦੇ ਤੁਸੀਂ ਆਲਵੇਜ਼ ਦੇਖਦੇ ਹੋਵੋਗੇ ਕਿ ਔਰਤਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਸੋ ਮੈਂ ਪਹਿਲਾਂ ਤਾਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿੰਨੇ ਲੋਕ ਧਰਨੇ ਤੇ ਬੰਦੇ ਆਉਂਦੇ ਨੇ ਨਾ ਜੇ ਕਿਤੇ ਉਹਨੇ ਘਰ ਦੀਆਂ ਜਨਾਨੀਆਂ ਵੀ ਆਪਣੀਆਂ ਲੈ ਕੇ ਆ ਜਾਣ ਉਹ ਬਿਠਾ ਦੇਣ ਉੱਥੇ ਲਿਆ ਕੇ ਤਾਂ ਮੈਨੂੰ ਲੱਗਦਾ ਵੀ ਬਹੁਤ ਕੁਛ ਹੋ ਸਕਦਾ ਕਿਉਂਕਿ ਔਰਤ ਜਿਹੜੀ ਆ ਉਹ ਬਹੁਤ ਕੁਛ ਕਰ ਸਕਦੀ ਹੈ ਜੇ ਚਾਹੇ ਤਾਂ ਰਾਜਨੀਤੀ ਮੈਂ ਇਸ ਚੀਜ਼ ਨੂੰ ਬਿਲਕੁਲ ਜੀ ਕਿਉਂਕਿ ਅਸੀਂ ਦੇਖੋ ਜੇ ਮੈਂ ਜੁੜੀ ਹਾਂ ਤਾਂ ਮੈਨੂੰ ਇਹ ਲੱਗਦਾ ਕਿ ਮੈਂ ਨਿਸਵਾਰਥ ਹੋ ਕੇ ਕੰਮ ਕਰਨਾ ਚਾਹੁੰਦੀ ਹਾਂ ਮੈਂ ਕਿਸੇ ਸਵਾਰਥ ਲਈ ਨਹੀਂ ਕੰਮ ਕਰਨਾ ਚਾਹੁੰਦੀ ਮੇਰਾ ਕੋਈ ਸਵਾਰਥ ਨਹੀਂ ਹੈਗਾ ਮੈਂ ਸਿਰਫ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦੀ ਹਾਂ ਮੇਰਾ ਕੋਈ ਮਕਸਦ ਨਹੀਂ ਹੈਗਾ ਕਿ ਮੈਨੂੰ ਕੱਲ ਨੂੰ ਕੀ ਅਹੁਦਾ ਦੇਣਗੇ ਜਾਂ ਕੀ ਮੈਨੂੰ ਇਹ ਹੈਗਾ ਤੁਸੀਂ ਅੱਜ ਵੀ ਇਹ ਚੀਜ਼ ਮੈਨੂੰ ਜਿੰਨੇ ਵੀ ਸੁਣ ਰਹੇ ਨੇ ਮੇਰੇ ਸ਼੍ਰੋਤਾ ਹੈ ਨਾ ਸਾਰਿਆਂ ਨੂੰ ਮੈਂ ਇਹ ਗੱਲ ਕਹਿੰਦੀ ਕਿ ਮੇਰਾ ਕੋਈ ਐਸਾ ਮਕਸਦ ਨਹੀਂ ਹੈਗਾ ਕਿ ਮੈਂ ਜਿਹੋ ਜਿਹੀ ਸੀਗੀ ਪਹਿਲਾਂ ਸੀਗੀ ਹੁਣ ਵੀ ਉਹ ਜਿਹੀ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਮੈਂ ਅੱਗੇ ਵੀ ਏਦਾਂ ਦੀ ਹੀ ਰਵਾਂ ਰੱਬ ਮੇਰੇ ਚ ਇੰਨੀ ਸ਼ਕਤੀ ਸਿਮਰਨ ਜੀ ਤੁਸੀਂ ਰਾਜਨੀਤੀ ਜਾ ਰਹੇ ਹੋ ਕਿ ਐਕਟਿੰਗ ਵਗੈਰਾ ਹੁਣ ਛੱਡ ਰਹੇ ਹੋ ਤੁਸੀਂ ਜਾਂ ਸਾਰੇ ਐਕਟਰਸ ਜਿਹੜੇ ਨਹੀਂ ਜੀ ਬਿਲਕੁਲ ਨਹੀਂ ਰਾਜਨੀਤੀ ਵੱਲ ਕਿਉਂ ਆ ਰਹੇ ਨੇ ਨਹੀਂ ਜੀ ਬਿਲਕੁਲ ਨਹੀਂ ਮੈਂ ਐਕਟਿੰਗ ਨਹੀਂ ਛੱਡ ਰਹੀ ਦੇਖੋ ਐਕਟਰ ਹੋਣ ਦੇ ਨਾਤੇ ਅਸੀਂ ਜਿੱਦਾਂ ਸਾਨੂੰ ਲੋਕੀ ਸੈਲੀਬ੍ਰਿਟੀ ਸਮਝਦੇ ਨੇ ਸਾਨੂੰ ਲੋਕੀ ਫੋਲੋ ਕਰਦੇ ਨੇ ਸਾਨੂੰ ਲੋਕੀ ਪਸੰਦ ਕਰਦੇ ਆ ਸੋ ਸਾਡਾ ਇੱਕ ਕਹਿ ਲੋ ਕਿ ਅਸੀਂ ਇੱਕ ਉਹ ਜ਼ਰੀਆ ਆ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਇਕੱਠੇ ਕਰ ਸਕਦੇ ਹਾਂ ਲੋਕਾਂ ਦੇ ਵਿੱਚ ਬੋਲ ਸਕਦੇ ਹਾਂ ਪਰ ਉਹ ਬੋਲਣਾ ਕੀ ਹੈ ਉਹ ਡਿਪੈਂਡ ਤੁਹਾਡੇ ਤੇ ਕਰਦਾ ਕਿ ਤੁਸੀਂ ਉੱਥੇ ਚਾਰ ਗਾਣੇ ਸੁਣਾ ਕੇ ਆ ਜਾਣੇ ਆ ਜਾਂ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰਕੇ ਆ ਜਾਣਾ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹਦੇ ਜੇ ਤੁਹਾਨੂੰ ਇੱਕ ਰੱਬ ਨੇ ਇੱਕ ਮੌਕਾ ਦਿੱਤਾ ਨਾ ਅਹੁਦਾ ਦਿੱਤਾ ਕਹਿੰਦੇ ਹੁੰਦੇ ਆ ਤਾਂ ਉਹਨੂੰ ਯੂਜ਼ ਕਰਨਾ ਆਉਣਾ ਚਾਹੀਦਾ ਤੁਹਾਨੂੰ ਸੋ ਮੈਂ ਉਸ ਤਰੀਕੇ ਨੂੰ ਯੂਜ਼ ਕਰ ਰਹੀ ਹਾਂ ਜੇ ਮੈਨੂੰ ਲੋਕੀ ਅੱਜ ਸਮਝਦੇ ਨਾ ਕਿ ਸਿਮਰਨ ਸਹਿਜਪਾਲ ਫਿਲਮਾਂ ਚ ਆਉਂਦੀ ਆ ਤਾਂ ਸਿਮਰਨ ਸਹਿਜਪਾਲ ਪਹਿਲਾਂ ਇੱਕ ਇਨਸਾਨ ਵੀ ਹੈਗੀ ਹੈ ਕਿਉਂਕਿ ਮੈਂ ਇਹਨਾਂ ਲੋਕਾਂ ਦੇ ਵਿੱਚੋਂ ਨਿਕਲ ਕੇ ਅਸੀਂ ਸਟਾਰ ਬਣਦੇ ਹਾਂ ਇਹੀ ਲੋਕਾਂ ਦੇ ਵਿੱਚੋਂ ਅਸੀਂ ਸਟਾਰ ਬਣਦੇ ਹਾਂ ਇਹੀ ਲੋਕ ਸਾਨੂੰ ਸਟਾਰ ਬਣਾਉਂਦੇ ਆ ਬਿਲਕੁਲ ਸਿਮਰਨ ਜੀ ਥੈਂਕ ਯੂ ਸਿਮਰਨ ਜੀ ਬਹੁਤ ਅੱਛਾ ਲੱਗਾ ਔਰ ਕੋਈ ਜਾਂਦੇ ਹੋਏ ਆਪਣੇ ਸਰੋਤਿਆਂ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਦੇ ਸਕਦੇ ਹੋ ਤੁਸੀਂ ਬਿਲਕੁਲ ਜੀ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉੱਠੋ ਜਾਗੋ ਬੋਲੋ ਸਹੋ ਨਾ ਲੜਨਾ ਸਿੱਖੋ ਕਹਿੰਦੇ ਹੁੰਦੇ ਆ ਵੀ ਇੱਕ ਮਰੂਗਾ ਦੋ ਮਰੂਗਾ ਆ ਰੋਜ਼ ਰੋਜ਼ ਮਰਨ ਨਾਲੋਂ ਤਾਂ ਚੰਗਾ ਹੈ ਨਾ ਇੱਕ ਵਾਰੀ ਮਰ ਜਾਓ ਘੱਟੋ ਘੱਟ ਰੱਬ ਨੂੰ ਜਵਾਬ ਦੇ ਤਾਂ ਹੋਊਗੇ ਵੀ ਭਾਈ ਅਸੀਂ ਚੰਗਾ ਕੰਮ ਕਰਕੇ ਆਏ ਹਾਂ ਆਪਣੇ ਆਪ ਦੀਆਂ ਨਜ਼ਰਾਂ ਚ ਨਾ ਗਿਰੋ ਕਹਿੰਦੇ ਹੁੰਦੇ ਆ ਉਹੀ ਗੱਲ ਆ ਵੀ ਇਹ ਬਹੁਤ ਵੱਡੀ ਗੱਲ ਆ ਔਰ ਮੈਂ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਮੇਰੀਆਂ ਭੈਣਾਂ ਮੈਨੂੰ ਸੁਣ ਰਹੀਆਂ ਨੇ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿਣੀ ਹੈ ਕਿ ਪੰਜਾਬ ਨੂੰ ਛੱਡ ਕੇ ਆਪਾਂ ਇਹ ਸੋਚਦੇ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਗਏ ਪਰ ਨਹੀਂ ਤੁਹਾਡੀਆਂ ਜੜਾਂ ਤਾਂ ਪੰਜਾਬ ਦੇ ਵਿੱਚ ਹੀ ਨੇ ਨਾ ਸੋ ਜਿੰਨੀ ਕੋਸ਼ਿਸ਼ ਤੁਸੀਂ ਵੀ ਕਰ ਸਕਦੇ ਹੋ ਪੰਜਾਬ ਦੇ ਵਿੱਚ ਚੰਗਾ ਕਰਨ ਲਈ ਤੁਸੀਂ ਕਰੋ ਪੰਜਾਬ ਜਿਹੜਾ ਫੇਸਬੁੱਕ ਦਾ ਪੰਜਾਬ ਔਰ ਰੀਅਲ ਚ ਪੰਜਾਬ ਕੋਈ ਡਿਫਰੈਂਸ ਹੈਗਾ ਉਹਨਾਂ ਚ ਜੋ ਪੰਜਾਬ ਫੇਸਬੁੱਕ ਤੇ ਦਿਖਾਇਆ ਜਾਂਦਾ ਕਿ ਬਹੁਤ ਵਧੀਆ ਪੰਜਾਬ ਏ ਔਰ ਜੋ ਰੀਅਲ ਦੇ ਵਿੱਚ ਜਿੱਦਾਂ ਨਸ਼ੇ ਵੱਧ ਗਏ ਨੇ ਪੰਜਾਬ ਦੇ ਵਿੱਚ ਔਰ ਏਦਾਂ ਦੇ ਕੰਮ ਪੰਜ ਪੰਜ ਸਾਲ ਦੀ ਕੁੜੀਆਂ ਨਾਲ ਹੋ ਰਹੇ ਬੱਚਿਆਂ ਨਾਲ ਹੋ ਰਹੇ ਆ ਜੋ ਮੂਵੀਆਂ ਚ ਦਿਖਾਇਆ ਜਾਂਦਾ ਕਿ ਪੰਜਾਬ ਇੱਕ ਆਪਣਾ ਖੁਸ਼ਹਾਲ ਪੰਜਾਬ ਹੈਗਾ ਉਹ ਕਿੰਨਾ ਕੁ ਡਿਫਰੈਂਸ ਹੈ ਉਹ ਰੀਅਲ ਤੇ ਉਹ ਮੂਵੀ ਦੇ ਵਿੱਚ ਉਹਦੇ ਬਾਰੇ ਬਹੁਤ ਫਰਕ ਹੈ ਕਿਉਂਕਿ ਉਹੀ ਗੱਲ ਹੈ ਫਿਲਮ ਰੀਅਲ ਰੀਲ ਔਰ ਰੀਅਲ ਫਰਕ ਹੈ ਸਿਰਫ ਇੱਕ ਵਰਡ ਦਾ ਫਰਕ ਹੈ ਲੇਕਿਨ ਉਹ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਰੀਲ ਐਂਡ ਰੀਅਲ ਫਰਕ ਬਹੁਤ ਜ਼ਿਆਦਾ ਆ ਕਿਉਂਕਿ ਫਿਲਮਾਂ ਦੇ ਵਿੱਚ ਤੁਸੀਂ ਉਹ ਦਿਖਾਉਂਦੇ ਹੀ ਨਹੀਂ ਹੈਗੇ ਜੋ ਚੀਜ਼ ਦਿਖਾਉਣੀ ਚਾਹੀਦੀ ਹੈ ਬਹੁਤ ਸਾਰੇ ਇਹੋ ਜਿਹੇ ਸਬਜੈਕਟ ਦੇ ਉੱਤੇ ਫਿਲਮਾਂ ਬਣ ਸਕਦੀਆਂ ਨੇ ਜਿਨ੍ਹਾਂ ਤੇ ਬਣਾਈਆਂ ਹੀ ਨਹੀਂ ਗਈਆਂ ਮੈਂ ਗੱਲ ਕਰਦੀ ਹਾਂ ਕੁੜੀਆਂ ਦੀ ਅਗਰ ਆਪਾਂ ਗੱਲ ਕਰਦੇ ਹਾਂ ਨਾ ਧੀਆਂ ਭੈਣਾਂ ਦੀ ਮੈਂ ਹਮੇਸ਼ਾ ਗੱਲ ਕਹਿੰਦੀ ਹਾਂ ਕਿ ਆਪਣੇ ਲੋਕ ਪਾਗੇ ਨੂੰ ਹੱਥ ਲਾ ਕੇ ਤੜਫ ਪੈਂਦੇ ਨੇ ਤਾਂ ਧੀਆਂ ਭੈਣਾਂ ਨਾਲ ਹੋ ਰਿਹਾ ਅੱਜ ਜੋ ਹੋ ਰਿਹਾ ਉਹਨਾਂ ਲੋਕਾਂ ਨੂੰ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਕੁੜੀਆਂ ਇੰਨੀਆਂ ਕੁ ਨਸ਼ੇ ਦੇ ਵਿੱਚ ਜਾ ਚੁੱਕੀਆਂ ਯੂਨੀਵਰਸਿਟੀਆਂ ਦੇਖ ਲਓ ਤੁਸੀਂ ਕਾਲਜ ਦੇਖ ਲਓ ਪੰਜਾਬ ਦੇ ਲੋਕਾਂ ਦੇ ਭਾਵੇਂ ਸਾਡੀਆਂ ਧੀਆਂ ਪੜ੍ਹਨ ਗਈਆਂ ਨੇ ਪਰ ਉੱਥੇ ਜਾ ਕੇ ਦੇਖੋ ਕਿ ਰਾਤਾਂ ਨੂੰ ਹੁੰਦਾ ਕੀ ਹੈ ਨਸ਼ੇ ਚ ਡਿੱਗੀਆਂ ਪਈਆਂ ਧੀਆਂ ਭੈਣਾਂ ਇੰਨੇ ਕੁ ਲੋਕ ਦੁਖੀ ਨੇ ਪੇਰੈਂਟਸ ਬਿਲਕੁਲ ਪਹਿਲਾਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਪੰਜਾਬੀ ਗੱਭਰੂ ਉੱਚੇ ਲੰਬੇ ਜਵਾਨ ਔਰ ਪੰਜਾਬ ਦੀਆਂ ਚੱਟੀਆਂ ਅੱਜ ਕੱਲ ਮੈਨੂੰ ਨੀ ਲੱਗਦਾ ਕੋਈ 5.5 ਫੁੱਟ ਤੋਂ ਕੋਈ ਮੁੰਡਾ ਉੱਪਰ ਹੋਏਗਾ ਤੇ ਪਤਲਾ ਜਿਹਾ ਸਰੀਰ ਹੁੰਦਾ ਪੈਂਟ ਡਿੱਗਦੀ ਹੁੰਦੀ ਉਹਨਾਂ ਦੀ
ਤੇ ਕੁੜੀਆਂ ਦੇ ਵੀ ਸਰੀਰ ਉਹੀ ਤੇ ਗੱਲ ਹੈ ਨਾ ਪਤਲੇ ਹੋ ਗਏ ਨੇ ਔਰ ਹਾਈਟ ਵੀ ਬਹੁਤ ਪੰਜਾਬ ਦੀ ਜਿਹੜੀ ਕੁਝ ਗੋਰੇ ਬਾਹਰੋਂ ਜਾਂਦੇ ਨੇ ਉਹ ਕਹਿੰਦੇ ਅਸੀਂ ਪੰਜਾਬ ਦੇਖਣਾ ਚਾਹੁੰਦੇ ਜਦੋਂ ਪੰਜਾਬ ਅਸੀਂ ਕਹਿੰਦੇ ਗਏ ਹਾਂ ਕਹਿੰਦੇ ਕੋਈ ਸਾਨੂੰ ਮਿਲਿਆ ਨੀ ਹੈਗਾ ਉੱਚਾ ਲੰਬਾ ਜੱਬ ਗੱਭਰੂ ਜੋ ਤੁਸੀਂ ਇੱਥੇ ਕਹਿੰਦੇ ਫੋਟੋਆਂ ਚ ਸਾਨੂੰ ਦਿਖਾਉਂਦੇ ਹੋ ਕੇ ਧੋਤੀ ਕੁੜਤੇ ਜੋ ਮੂਵੀਆਂ ਦੇਖਦੇ ਕਹਿੰਦੇ ਏਦਾਂ ਦਾ ਪੰਜਾਬ ਤੇ ਉਹਦੇ ਹੈ ਨੀ ਕਹਿੰਦੇ ਉਹ ਬਿਲਕੁਲ ਜੀ ਬਿਲਕੁਲ ਦੇਖੋ ਦਿਖਾਵੇ ਲਈ ਸਾਰਾ ਕੁਛ ਰਹਿ ਗਿਆ ਇੱਥੇ ਅਸਲ ਚ ਜ਼ਿੰਦਗੀਆਂ ਚ ਖਤਮ ਹੋ ਗਿਆ ਜੇ ਹੁਣ ਆਪਾਂ ਖੇਡਾਂ ਦੀ ਗੱਲ ਕਰੀਏ ਤਾਂ ਪਹਿਲਾਂ ਕਬੱਡੀ ਖੋ ਖੋ ਕੁੜੀਆਂ ਦੀਆਂ ਹਨਾ ਗੁੱਲੀ ਡੰਡਾ ਗੀਟੇ ਸਟਾਪੂ ਉਹ ਗੇਮਾਂ ਉਹ ਖੇਡਾਂ ਕਿੱਥੇ ਗਈਆਂ ਉਹ ਹੈ ਹੀ ਨੀ ਗੀਆਂ ਉਹ ਹੈ ਹੀ ਨੀ ਦਿਖਾਵੇ ਲਈ ਸਾਰਾ ਕੁਛ ਰਹਿ ਗਿਆ ਪਰ ਅਸਲ ਜ਼ਿੰਦਗੀਆਂ ਚੋਂ ਖਤਮ ਕਰਤਾ ਲੋਕਾਂ ਨੇ ਟਾਈਮ ਇਜਾਜ਼ਤ ਨਹੀਂ ਦਿੰਦਾ ਸਿਮਰ ਜੀ ਫਿਰ ਆਪਾਂ ਫਿਰ ਇੱਕ ਨਵੇਂ ਟੌਪਿਕ ਤੇ ਗੱਲਬਾਤ ਕਰਾਂਗੇ ਇਸ ਤਰ੍ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਧੰਨਵਾਦ